ਇੱਕ ਉੱਚੀ ਸੁੱਚੀ ਇਮਾਨਦਾਰ ਸ਼ਖਸੀਅਤ ਦੇ ਮਾਲਕ ਦੀਨ ਦੁਖੀਆਂ ਦੀ ਸੇਵਾ ਕਰਨ ਵਾਲੇ ਧਾਰਮਿਕ ਪ੍ਰਵਿਰਤੀ ਦੇ ਬੀਬੀ ਸੁਰਿੰਦਰ ਕੌਰ ਜੀ ਜੋ ਪਿਛਲੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ ਚ ਜਾਵੇ ਰਾਜੇ ਹਨ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਹੀਦ ਬਾਬਾ ਦੀਪ ਸਿੰਘ ਹਾਲ ਮਾਡਲ ਟਾਊਨ ਲੁਧਿਆਣਾ ਵਿਖੇ ਪਾਇਆ ਗਿਆ। ਇਸ ਵੇਲੇ ਆਈਆਂ ਸੰਗਤਾਂ ਗੁਰੂ ਸਾਹਿਬ ਅੱਗੇ ਨਤਮਸਤਕ ਹੋਈਆਂ। ਇਸ ਮੌਕੇ ਰਾਗੀ ਜਥਿਆਂ ਵੱਲੋਂ ਰੂਹਾਨੀ ਕੀਰਤਨ ਕੀਤਾ ਗਿਆ।
ਸਾਰੀ ਬਾਤ ਮਿਤ ਤੁਮਹੀ ਜਾਣੀ, ਨਾਨਕ ਦਾਸ ਸਦਾ ਗੁਰਬਾਣੀ। ਅਰਜਨ ਹਰਿ ਗੋਬਿੰਦ ਨਾਮ ਸਿਮਰਾ, ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਇਆ, ਜਿਸ ਪ੍ਰਿਥਾ ਸਭ ਬੁਝਾਏ। ਏਕ ਬਹਾਦਰ ਸਿਮਰੈ ਘਰ ਨਾਣੇ ਦਾ ਵੈ ਧਾਰੇ, ਸਭ ਪੁੱਤਾਂ ਤਿਨਾ ਪਿਆਰਿਆਂ ਪਿਆਰੇ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਦੇ ਬੰਗ ਬੰਕ ਪਰਿਵਾਰੇ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਸਰੋਤ ਖਾਲਸਾ ਜੀ ਕੀ ਅਰਦਾਸ ਹੈ ਜੀ। ਪੰਜ ਸਾਹਿਬ ਤਾਂ ਧੰਨ ਰਸਿਆ ਰਿਆਇਤ, ਦੇਖ ਸੇ ਫਤਿਹ ਗੁਰਦ ਕੀ ਪਾਇਆ ਜੀ ਪੰਖ ਕੇ, ਜੇ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕਿਰਪਾ ਮੰਨੇਵਾ। ਮਤ ਜੀ ਮਨ ਪਤਾ ਰੱਖਾ ਪਾਏ ਗੁਰੂ ਅਕਾਲ ਪੁਰਖ ਆਪਣੇ ਪੰਖ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਖ ਨੂੰ ਵਿਛੜਿਆ ਗਿਆ, ਜਿਨ੍ਹਾਂ ਦੇ ਖੁੱਲੇ ਦਰਸ਼ਨਦਾਰ ਸੇਵਾ ਬਿਸ਼ਰੇ ਤੇ ਮਾਧੋ, ਇਹ ਜਨਮਾ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ, ਚਿਰ ਪਇਓ ਦਰਸ਼ਨ ਦੇਖੇ ਸਤਨਾਮ। ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਿਲਾ ਪਹਿਲਾ, ਜਿਉ ਤਪਤ ਹੈ ਬਾਰ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜਿਉ ਤਪਤ ਹੈ ਬਾਰ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਜਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ ਰਹਾਉ, ਜਿਨ ਕਣ ਕੀਤੇ ਆਖੀ ਨਾਕ, ਜਿਨ ਜਿਹਾ ਦਿੱਤੀ ਬੋਲੇ ਧਾਤ, ਜਿਨ ਮਨ ਰੱਖਿਆ ਅਗਣੀ ਪਾਏ, ਵਾਜੈ ਪਾਣ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਦੇਖ ਲੈਣ ਤੋਂ ਉਪਰੰਤ ਪਰਿਵਾਰ ਵੱਲੋਂ ਗੁਰੂ ਦੇ ਲੰਗਰ ਦਿਆ ਹਨ। ਸਾਰੇ ਸੰਗਤ ਨੇ ਸ੍ਰੀ ਭਾਈ ਘਨੱਈਆ ਹਾਲ ਵਿੱਚ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਨਾਮ ਵਾਹਿਗੁਰੂ ਸਤਨਾਮ।